हेलो एवरीवन, वेलकम यू टू अवर यूट्यूब चैनल पैरी स्टडी ऑनलाइन क्लास 8 सैंपल पेपर नंबर 1। जिवें कि तुहानू पता है 14 सितंबर तो तुहाडे एग्जाम स्टार्ट हो रहे हैं, 16 नू तुहाडा शायद मैथ का एग्जाम है। तो उहदे लई एक सैंपल पेपर तैयार किया जिंदे विच ओनली 40 MCQ बनाए आ, क्योंकि मेन MCQ हुंदे आ। जेकर तुहाडा MCQ वाला पार्ट क्लीयर है तां तुसीं कि आराम दे नाल पासिंग मार्क्स लै सकदे हो। सो आपां स्टार्ट करदे हां। जेकर तुसीं इस सैंपल पेपर की PDF चाहुंदे हो ਤਾਂ ਸਾਡੀ ਆਫੀਸ਼ੀਅਲ ਐਪ ਹੈ, ਉਹਦੇ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਿਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ। ਸੋ ਆਪਾਂ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਦੇ ਨਾਲ। ਜ਼ੀਰੋ ਇਜ਼ ਨਾਟ, ਜ਼ੀਰੋ ਕੀ ਨਹੀਂ ਹੈ? ਨੈਚੁਰਲ ਨੰਬਰ, ਹੋਲ ਨੰਬਰ, ਇੰਟੀਜਰ ਜਾਂ ਰੈਸ਼ਨਲ? ਦੇਖੋ, ਜ਼ੀਰੋ ਸਿਰਫ ਨੈਚੁਰਲ ਨੰਬਰ ਨਹੀਂ ਹੈ, ਹੋਲ ਨੰਬਰ 'ਚ ਵੀ ਆਉਂਦਾ ਹੈ, ਇੰਟੀਜਰ 'ਚ ਵੀ ਆਉਂਦਾ ਹੈ, ਰੈਸ਼ਨਲ 'ਚ ਵੀ ਆਉਂਦਾ ਹੈ। ਸੋ ਆਪਣਾ ਰਾਈਟ ਆਂਸਰ ਕੀ ਹੈ? ਨੈਚੁਰਲ ਨੰਬਰ, ਜ਼ੀਰੋ ਨੈਚੁਰਲ ਨੰਬਰ ਨਹੀਂ ਹੈ, ਕਿਉਂਕਿ ਆਪਾਂ ਜਦੋਂ ਵੀ ਕਾਊਂਟਿੰਗ ਸਟਾਰਟ ਕਰਦੇ ਹਾਂ ਹਮੇਸ਼ਾ ਆਪਾਂ 1 ਤੋਂ ਲਰਨ ਕਰਦੇ ਹਾਂ, 1 ਤੋਂ ਸਟਾਰਟ ਕਰਦੇ ਹਾਂ। ਓਕੇ, ਸੋ ਜ਼ੀਰੋ ਤੋਂ ਆਪਾਂ ਕਦੇ ਵੀ ਸਟਾਰਟ ਨਹੀਂ ਕੀਤੀ। ਬੱਚਾ ਜਦੋਂ ਛੋਟਾ ਹੁੰਦਾ ਹੈ ਬਾਈ ਨੇਚਰ ਜਦੋਂ ਕਾਊਂਟਿੰਗ ਸਿੱਖਦਾ ਤਾਂ ਉਹ 1 ਤੋਂ ਸਿੱਖਦਾ। ਸੋ ਨੈਚੁਰਲ ਨੰਬਰ ਕੀ ਹੁੰਦੇ ਆ? ਜੋ 1 ਤੋਂ ਸਟਾਰਟ ਹੁੰਦੇ ਆ, ਮਤਲਬ ਜ਼ੀਰੋ ਨੈਚੁਰਲ ਨੰਬਰ ਦੇ ਵਿੱਚ ਨਹੀਂ ਆਉਂਦਾ। ਨੈਕਸਟ ਕੁਐਸਚਨ ਨੰਬਰ 2, ਦਾ ਐਡਿਟਿਵ ਆਇਡੈਂਟੀਟੀ ਫੋਰ ਰੈਸ਼ਨਲ ਨੰਬਰ ਇਜ਼। ਐਡਿਟਿਵ ਆਇਡੈਂਟੀਟੀ ਦਾ ਮਤਲਬ ਕੀ ਹੈ? ਮੰਨ ਲਓ ਕੋਈ ਰੈਸ਼ਨਲ ਨੰਬਰ ਹੈ A, ਉਹਦੇ ਵਿੱਚ ਮੈਂ ਕਿਹੜਾ ਨੰਬਰ ਐਡ ਕਰਾਂ, ਮੇਰੇ ਕੋਲ ਆਨਸਰ ਕਿੰਨਾ ਆ ਜੇ? 0 ਆ ਜੇ। ਸੋ ਐਡਿਟਿਵ ਆਇਡੈਂਟੀਟੀ ਦਾ ਮਤਲਬ ਕੀ ਹੁੰਦਾ ਹੈ? ਦੋ ਰੈਸ਼ਨਲ ਨੰਬਰ ਨੂੰ ਐਡ ਕਰਨਾ, ਰਿਜ਼ਲਟ ਕਿੰਨਾ ਆਵੇ ਆਪਣੇ ਕੋਲ? 0। ਸੋ ਆਪਣਾ ਰਾਈਟ ਆਨਸਰ ਕੀ ਹੈ? 0। ਓਕੇ, ਨੈਕਸਟ, ਹਾਊ ਮੈਨੀ ਰੈਸ਼ਨਲ ਨੰਬਰ ਆਰ ਦੇਅਰ ਬਿਟਵੀਨ ਐਨੀ ਟੂ ਗਿਵਨ ਰੈਸ਼ਨਲ ਨੰਬਰ? ਮੋਸਟ ਇੰਪੋਰਟੈਂਟ ਕੁਐਸਚਨ ਹੈ ਆਪਣੇ ਕੋਲ, ਵੈਰੀ ਇੰਪੋਰਟੈਂਟ ਕਹਿ ਲਓ, ਮੋਸਟ ਇੰਪੋਰਟੈਂਟ ਕਹਿ ਲਓ, ਐਗਜ਼ਾਮ ਦੇ ਵਿੱਚ ਆ ਸਕਦਾ। ਤਾਂ ਦੋ ਰੈਸ਼ਨਲ ਨੰਬਰ ਦੇ ਵਿਚਾਲੇ ਆਪਣੇ ਕੋਲ ਕਾਊਂਟਲੈਸ ਰੈਸ਼ਨਲ ਨੰਬਰ ਹੁੰਦੇ ਆ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਅੰਡਰਲਾਈਨ ਕਰ ਲਓ, ਐਗਜ਼ਾਮ ਦੇ ਵਿੱਚ ਆਉਣ ਦੇ ਪੂਰੇ ਪੂਰੇ ਚਾਂਸ ਹੀ ਦੇਣ ਦੇ। ਨੈਕਸਟ ਕੁਐਸਚਨ, ਕੁਐਸਚਨ ਨੰਬਰ 4, ਆ ਰੈਸ਼ਨਲ ਨੰਬਰ ਦੈਟ ਡਸ ਨਾਟ ਹੈਵ ਅ ਰੈਸੀਪ੍ਰੋਕਲ। ਕਿਹੜਾ ਰੈਸ਼ਨਲ ਨੰਬਰ ਹੈ ਜਿਹਦਾ ਰੈਸੀਪ੍ਰੋਕਲ ਨਹੀਂ ਹੈ? 1 ਦਾ ਵੀ ਹੁੰਦਾ ਹੈ, -1 ਦਾ ਵੀ ਹੁੰਦਾ ਹੈ, 1/2 ਦਾ ਵੀ ਹੁੰਦਾ ਹੈ। ਦੇਖੋ, ਜੇ ਆਪਾਂ 0 ਨੂੰ ਰੈਸ਼ਨਲ ਨੰਬਰ ਦੀ ਫਾਰਮ 'ਚ ਲਿਖੀਏ ਤਾਂ ਕੀ ਲਿਖਾਂਗੇ? 0/1। ਜੇ ਆਪਾਂ ਇਹਦਾ ਰੈਸੀਪ੍ਰੋਕਲ ਕਰਨਾ ਹੋਵੇ ਤਾਂ ਕਿੰਨਾ ਬਣੇਗਾ? 1/0। ਜੇਕਰ ਆਪਣੇ ਕੋਲ ਥੱਲੇ 0 ਹੈ ਤਾਂ ਉਹ ਕੀ ਹੁੰਦਾ? ਨਾਟ ਡਿਫਾਈਨਡ। ਠੀਕ ਹੈ, ਉਹ ਕੀ ਹੁੰਦਾ? ਨਾਟ ਡਿਫਾਈਨਡ। ਸੋ ਆਪਣੇ ਕੋਲ 0 ਦਾ ਰੈਸੀਪ੍ਰੋਕਲ ਨਹੀਂ ਹੁੰਦਾ। ਓਕੇ, ਨੈਕਸਟ, ਦਾ ਪਰਫੈਕਟ ਸਕੇਅਰ ਨੰਬਰ ਬਿਟਵੀਨ 30 ਐਂਡ 40। 30 ਤੇ 40 ਦੇ ਵਿਚਾਲੇ ਪਰਫੈਕਟ ਸਕੇਅਰ ਨੰਬਰ ਕੀ ਹੈ? ਦੇਖੋ, ਆਪਾਂ 1 ਤੋਂ ਸਟਾਰਟ ਕਰੀਏ। ਪਹਿਲਾ ਪਰਫੈਕਟ ਸਕੇਅਰ ਕੌਣ ਹੈ? 1 4 9 16 25, ਐਂਡ ਉਸ ਤੋਂ ਬਾਅਦ ਕੀ ਆ ਗਿਆ? 36। ਸੋ 30 ਤੇ 40 ਦੇ ਵਿਚਾਲੇ ਕੌਣ ਲਾਈ ਕਰਦਾ? 36, ਜਿਹੜਾ ਕੀ ਹੈ? ਪਰਫੈਕਟ ਸਕੇਅਰ ਨੰਬਰ ਹੈ। ਪਰਫੈਕਟ ਸਕੇਅਰ ਦਾ ਮਤਲਬ ਜਿਹਦਾ ਪੂਰਾ ਪੂਰਾ ਰੂਟ ਨਿਕਲ ਜੇ, 1 ਦਾ 1, 4 ਦਾ 2, 9 ਦਾ 3, 16 ਦਾ 4, 25 ਦਾ 5, 36 ਦਾ 6। ਓਕੇ, ਨੈਕਸਟ ਕੁਐਸਚਨ, ਹਾਓ ਮੈਨੀ ਨੈਚੁਰਲ ਨੰਬਰ ਆਰ ਦੇਅਰ ਬਿਟਵੀਨ 8 ਸਕੇਅਰ ਐਂਡ 9 ਸਕੇਅਰ? ਦੇਖੋ, 8 ਸਕੇਅਰ ਤੇ 9 ਸਕੇਅਰ ਦੇ ਵਿਚਾਲੇ ਰੈਸ਼ਨਲ ਨੰਬਰ, ਸੋਰੀ, ਨੈਚੁਰਲ ਨੰਬਰ ਕਿੰਨੇ ਹੁੰਦੇ ਆ? ਤਾਂ ਉਹਦਾ ਫਾਰਮੂਲਾ ਕੀ ਹੈ? 2m। m ਕੀ ਹੁੰਦਾ? ਜਿਹੜਾ ਛੋਟਾ ਨੰਬਰ ਹੁੰਦਾ। ਸੋ ਆਪਣੇ ਕੋਲ ਛੋਟਾ ਨੰਬਰ ਕੀ ਹੈ? 8। ਸੋ 2 × 8 ਆਪਣੇ ਕੋਲ ਕਿੰਨਾ ਆ ਗਿਆ? 16 ਆ ਗਿਆ। ਜੇਕਰ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਾਊਂਟ ਵੀ ਕਰ ਸਕਦੇ ਹੋ, ਜਿਵੇਂ 8 ਦਾ ਸਕੇਅਰ 64, ਠੀਕ ਹੈ, 9 ਦਾ ਸਕੇਅਰ ਕਿੰਨਾ ਹੁੰਦਾ? 81। ਤਾਂ 64 ਤੋਂ 81 ਦੇ ਵਿਚਾਲੇ ਨੰਬਰ ਕਾਊਂਟ ਕਰ ਲਓ। ਵੈਸੇ ਫਾਰਮੂਲਾ ਯਾਦ ਰੱਖ ਲਓ, 2m, m ਕੀ ਹੁੰਦਾ? ਜਿਹੜਾ ਇਹਨਾਂ ਦੋਵਾਂ ਦੇ ਵਿੱਚੋਂ ਛੋਟਾ ਨੰਬਰ ਹੈ। ਓਕੇ, ਸੋ m ਦੀ ਵੈਲਿਊ ਕਿੰਨੀ ਹੈ? 8। ਉਸ ਤੋਂ ਬਾਅਦ, ਦਾ ਯੂਨਿਟ ਡਿਜਿਟ ਇਨ ਦਾ ਸਕੁਆਇਰ ਆਫ ਦਾ ਨੰਬਰ। ਜੇਕਰ ਆਪਾਂ 2644 ਦਾ ਸਕੁਆਇਰ ਕਰੀਏ ਤਾਂ ਯੂਨਿਟ ਡਿਜਿਟ ਕੀ ਆਏਗਾ? ਦੇਖੋ, ਆਪਾਂ ਨੂੰ ਧਿਆਨ ਰੱਖਣਾ ਪਏਗਾ ਯੂਨਿਟ ਡਿਜਿਟ ਕਿੰਨਾ। ਇੱਥੇ ਕਿੰਨਾ? 4। ਸੋ 4 ਦਾ ਸਕੇਅਰ ਕਿੰਨਾ ਹੁੰਦਾ? 16। ਸੋ ਆਪਣੇ ਕੋਲ ਯੂਨਿਟ ਡਿਜਿਟ ਕੀ ਆਏਗਾ? 6 ਆਏਗਾ। ਓਕੇ, ਤੁਸੀਂ ਯੂਨਿਟ ਡਿਜਿਟ ਦੇਖੋ, ਉਹਦਾ ਸਕੇਅਰ ਕਰਕੇ ਦੇਖੋ, ਜੇਕਰ 4 ਹੈ ਤਾਂ ਉਹਦਾ ਕਿੰਨਾ ਹੁੰਦਾ? 16, ਮਤਲਬ ਯੂਨਿਟ ਡਿਜਿਟ ਕਿੰਨਾ ਆ ਗਿਆ? 6 ਆ ਗਿਆ। ਓਕੇ, ਸੋ ਰਾਈਟ ਆਨਸਰ ਕੀ ਹੈ? B। ਨੈਕਸਟ ਕੁਐਸਚਨ ਨੰਬਰ 8, ਵਟ ਕੁਡ ਬੀ ਪੋਸੀਬਲ ਵਨਸ ਡਿਜਿਟ ਆਫ ਸਕੇਅਰ ਰੂਟ ਆਫ 676? 676 ਦਾ ਜੇ ਆਪਾਂ ਸਕੇਅਰ ਰੂਟ ਕਰੀਏ ਤਾਂ ਪੋਸੀਬਲ ਯੂਨਿਟ ਡਿਜਿਟ ਕੀ ਆਏਗਾ? ਦੇਖੋ, ਲਾਸਟ ਡਿਜਿਟ ਕੀ ਆ? 6। ਤਾਂ 6 ਦੇ ਦੋ ਕੇਸ ਬਣਦੇ ਆ ਆਪਣੇ ਕੋਲ, ਜਾਂ 4 ਤੇ ਜਾਂ 6। ਉਸ ਤੋਂ ਬਾਅਦ ਕੀ ਬਣਦੇ ਆ? 9 ਦੇ ਕਿੰਨੇ ਬਣਦੇ ਆ? ਜਾਂ 3 ਤੇ ਜਾਂ 7। 1 ਦਾ ਕੀ ਬਣਦਾ ਹੈ? 1 ਐਂਡ 9। 4 ਦਾ ਕੀ ਬਣਦਾ ਹੈ? 2 ਐਂਡ 8। ਤੇ 5 ਦਾ ਕੀ ਬਣਦਾ ਹੈ? 5 ਬਣਦਾ। ਸੋ ਆਪਣੇ ਕੋਲ ਰਾਈਟ ਆਨਸਰ ਕਿੰਨਾ ਆ ਗਿਆ? ਇਹਦਾ 4 ਐਂਡ 6। ਓਕੇ, ਯਾਦ ਰੱਖੋ, 1 ਦਾ 1 ਤੇ 9, 4 ਦਾ 2 ਤੇ 8, ਉਸ ਤੋਂ ਬਾਅਦ 6 ਦਾ 4 ਤੇ 6, 5 ਦਾ 5, 9 ਦਾ 3 ਤੇ 7। ਓਕੇ, ਜਿਨ੍ਹਾਂ ਦੇ ਪਿੱਛੇ 2 ਹੁੰਦਾ, 3 ਹੁੰਦਾ, ਜਾਂ ਆਪਣੇ ਕੋਲ 7 ਹੁੰਦਾ, ਜਾਂ 8 ਹੁੰਦਾ, ਜਾਂ ਔਡ ਨੰਬਰ ਆਫ 0, ਠੀਕ ਹੈ, ਇਹਨਾਂ ਦਾ ਪਰਫੈਕਟ ਸਕੇਅਰ ਨਹੀਂ ਹੁੰਦਾ। ਓਕੇ, ਨੈਕਸਟ
क्वेश्चन नंबर 9, विच ऑफ द फॉलोइंग इज क्यूब नंबर, परफेक्ट क्यूब नंबर केड़ा नचो, परफेक्ट क्यूब केड़ा अपने को 1000, सो 1000 दा जे आपा क्यूब देखिए, क्यूब रूट देखिए, सो कितना हुंदा अपने को 10 हुंदा। ओके, द क्यूब ऑफ ऑड नैचुरल नंबर, ऑड नैचुरल नंबर दा क्यूब की हुंदा, ऑड हुंदा, 1 दा करके देख लो 1, 3 दा करके देख लो 27, 9 दा करके देख लो अपने को आ गया 729, तो ऑड दा ऑड हुंदा, इवन दा इवन हुंदा। ओके, नेक्स्ट 11, द वंस डिजिट ऑफ क्यूब ऑफ नंबर 242, देखो इन यूनिट डिजिट देखो कितना, इन द यूनिट डिजिट देखो तुसी, यूनिट डिजिट कितना आ गया अपने को 2 है, सो 2 दा क्यूब करके देखो, 2 दा क्यूब कितना हुंदा 8 हुंदा, सो अपने को यूनिट डिजिट कितना आ गया 8 आ गया। ओके, बहुत सिंपल क्वेश्चन है अपने को। नेक्स्ट क्वेश्चन नंबर 12, द नंबर ऑफ जीरोज एट द एंड ऑफ क्यूब ऑफ नंबर 20, जेकर आप 20 का क्यूब करिए तो लास्ट में कितनी जीरो आएंगे, देखो इतने कितने जीरो है 1, तेनों 3 नाल मल्टीप्लाई कर लो तो कितनिया जीरो आएंगे अपने को 3 आएंगे। ओके, जिन्निया जीरो होंदिया बस 3 नाल मल्टीप्लाई कर लिया करो, जेकर स्केयर में पूछा तो 2 नाल मल्टीप्लाई कर लिया करो। ओके, नैक्सट द जर्नलाइज फॉर्म ऑफ 52, 52 की जर्नलाइज फॉर्म की है, तो आप देखो 52 की लिख सकते हैं, 50 प्लस 2 लिख सकते हैं क्योंकि यूनिट डिजिट से टेंथ डिजिट में कन्वर्ट करांगे, सो 50 नूं की लिखांगे 10 इंटू 5 प्लस कितना आ गया 2, ये अपने कोल की हुंदा यूनिट डिजिट, ये अपने कोल की हुंदा टेंथ डिजिट, टेंथ डिजिट नूं कितने नाल मल्टीप्लाई करदे आ 10 नाल। ओके, सो अपना राइट आंसर की आ गया, ए आ गया। नैक्सट विच ऑफ द फॉलोइंग नंबर इज डिविजिबल बाय 2, 2 नाल डिविजिबल केड़ा, देखो 9 ऑड आ गया, 5 ऑड आ गया, 3 ऑड आ गया, तो बचा कि अपने कोल 500, देखो जिंदे पिछे 0 है, 2 है, 4 है, 6 है या 8 है, वो अपने कोल की हुंदे आ, वो नंबर अपने कोल 2 नाल डिविजिबल हुंदे आ। ओके, नैक्सट इफ नंबर 1x8 इज डिविजिबल बाय 3 दैन पॉसीबल वैल्यू ऑफ एक्स आर 1x एंड 8, कद नाल डिविजिबल है अपने कोल 3 नाल डिविजिबल, सो आप की लिख सकते हैं 1 प्लस एक्स प्लस 8 इक्वल टू, हुण तुसी इह ध्यान नाल देखो जिहड़ा अपने कोल 3 ਦਾ ਰੂਲ ਕੀ ਹੁੰਦਾ, 3 ਦਾ ਰੂਲ ਹੁੰਦਾ ਆਪਣੇ ਕੋਲ ਜਿਹੜਾ ਨੰਬਰ 3 ਦੇ ਟੇਬਲ ਚ ਆਉਂਦਾ ਤਾਂ ਪਹਿਲਾ ਨੰਬਰ ਕਿਹੜਾ ਹੁੰਦਾ 9, ਫਿਰ ਇਹਨੂੰ ਕਦੇ ਇਕੁਅਲ ਰੱਖਾਂਗੇ ਆਪਾਂ 12 ਦੇ, ਉਸ ਤੋਂ ਬਾਅਦ ਆਪਾਂ ਇਹਨੂੰ ਕਦੇ ਇਕੁਅਲ ਰੱਖਾਂਗੇ 15 ਦੇ, ਠੀਕ ਹੈ, ਉਸ ਤੋਂ ਬਾਅਦ ਆਪਾਂ ਇਹਨੂੰ ਕਦੇ ਇਕੁਅਲ ਰੱਖਾਂਗੇ 18 ਦੇ, ਸੋ ਪੋਸੀਬਲ ਵੈਲਿਊ ਕੀ ਆਏਗੀ ਆਪਣੇ ਕੋਲ, ਪੋਸੀਬਲ ਵੈਲਿਊ ਆ ਜਾਏਗੀ 0 ਆ ਜਾਏਗੀ, 3, 6 ਔਰ 9 ਆ ਜਾਏਗੀ। ਓਕੇ, ਕਿਉਂਕਿ 3 ਦਾ ਰੂਲ ਕੀ ਹੁੰਦਾ, ਸਮ ਆਫ ਨੰਬਰ ਸ਼ੁੱਡ ਬੀ ਮਲਟੀਪਲ ਆਫ 3, ਜੇਕਰ ਸਾਰੇ ਨੰਬਰਾਂ ਨੂੰ ਆਪਾਂ ਐਡ ਕਰੀਏ ਡਿਜਿਟ ਨੂੰ, ਠੀਕ ਹੈ, ਤਾਂ 3 ਦੇ ਟੇਬਲ ਦੇ ਵਿੱਚ ਆਉਣੇ ਚਾਹੀਦੇ ਆ। ਓਕੇ, ਕੁਐਸਚਨ ਨੰਬਰ 16, ਵਿਚ ਆਫ ਦਾ ਫੋਲੋਇੰਗ ਨੰਬਰ ਇਜ਼ ਡਿਵੀਜ਼ੀਬਲ ਬਾਏ 9, 9 ਦਾ ਕੀ ਹੁੰਦਾ, ਸੇਮ ਤੁਸੀਂ ਸਮ ਕਰਕੇ ਦੇਖ ਲਓ, ਜੇਕਰ ਤਾਂ 9 ਦੇ ਟੇਬਲ 'ਚ ਆਉਂਦਾ ਤਾਂ ਯੈਸ, ਅਦਰਵਾਈਜ਼ ਨੋ, 2, 3, 4 ਇਹ ਆਉਂਦਾ ਤਾਂ ਰਾਈਟ ਆਂਸਰ ਇਹ ਆ ਗਿਆ, ਪਹਿਲਾ ਰਾਈਟ ਆਂਸਰ ਆ ਗਿਆ। ਓਕੇ, ਸਮ ਆਫ ਡਿਜਿਟ ਮਸਟ ਬੀ ਮਲਟੀਪਲ ਆਫ 9, ਓਕੇ, 9 ਦਾ ਮਲਟੀਪਲ ਹੋਣਾ ਚਾਹੀਦਾ। ਨੈਕਸਟ ਦ ਸਟੇਟਮੈਂਟ ਔਨ ਐਡਿੰਗ 10 ਟੂ ਨੰਬਰ, ਨੰਬਰ ਬਿਕਮਸ 20, ਇੱਕ ਨੰਬਰ ਹੈ ਐਕਸ ਸਿਲੈਕਟ ਕਰ ਲਿਆ, ਐਡਿੰਗ ਦਾ ਮਤਲਬ ਪਲੱਸ ਕਿੰਨੇ ਐਡ ਕਰਨੇ ਆ 10, ਗਿਵ ਬਿਕਮਸ ਦਾ ਮਤਲਬ ਇਕੁਅਲ ਟੂ ਕਿੰਨਾ ਬਣਦਾ 20, ਸੋ ਕਿਹੜਾ ਆਪਸ਼ਨ ਰਾਈਟ ਹੈ ਆਪਣੇ ਕੋਲ, ਬੀ, ਨੰਬਰ ਐਕਸ ਹੈ, ਐਡਿੰਗ ਦਾ ਮਤਲਬ ਪਲੱਸ ਕਰਨਾ, ਕਿੰਨੇ ਪਲੱਸ ਕਰਨੇ ਆ 10, ਬਿਕਮਸ ਦਾ ਮਤਲਬ ਇਜ਼ ਇਕੁਅਲ ਟੂ ਕਿੰਨਾ ਬਣ ਗਿਆ 20 ਬਣ ਗਿਆ। ਓਕੇ, ਨੈਕਸਟ ਦ ਰੂਟ ਆਫ ਇਕੁਏਸ਼ਨ ਜੈਡ ਪਲੱਸ 4 ਇਕੁਅਲ ਟੂ -8, ਦੇਖੋ ਆਪਾਂ ਨੂੰ ਇਹ ਕੋਲ ਜਿਹੜੇ ਨੰਬਰ ਦੀ ਵੈਲਿਊ ਪਤਾ ਕਰਨੀ ਹੁੰਦੀ ਹੈ ਉਹਨੂੰ ਆਪਾਂ ਲੈਫਟ ਸਾਈਡ ਜਾਂ ਰਾਈਟ ਸਾਈਡ ਰੱਖਾਂਗੇ, ਦੂਜੇ ਜਿੰਨੇ ਵੀ ਆਪਣੇ ਕੋਲ ਜਿਹੜੇ ਕਿੰਨੇ ਕਾਂਸਟੈਂਟ ਨੇ ਸਾਰਿਆਂ ਨੂੰ ਆਪਾਂ ਦੂਜੀ ਸਾਈਡ ਲੈ ਕੇ ਜਾਵਾਂਗੇ, ਸੋ ਪਲੱਸ ਦਾ 4 ਰਾਈਟ ਸਾਈਡ ਜਾ ਕੇ ਕੀ ਬਣ ਗਿਆ ਮਾਈਨਸ ਦਾ, ਕਿਉਂਕਿ ਲੈਫਟ 'ਤੇ ਪਲੱਸ ਆ ਰਾਈਟ 'ਤੇ ਜਾ ਕੇ ਮਾਈਨਸ ਬਣਦਾ, ਸੋ -12 ਆਂਸਰ ਆ ਗਿਆ ਆਪਣੇ ਕੋਲ, -8 -4 ਕਿੰਨਾ ਹੁੰਦਾ -12 ਹੁੰਦਾ। ਓਕੇ, ਸੋ ਇੱਥੇ ਆਪਸ਼ਨ ਵਿੱਚ ਥੋੜ੍ਹੀ ਜਿਹੀ ਮਿਸਟੇਕ ਹੈ, ਸੋ ਇੱਥੇ ਆਪਣੇ ਕੋਲ ਸੀ ਆਪਸ਼ਨ ਰਾਈਟ ਹੈ ਜਿਹਦੇ ਵਿੱਚ -12 ਬਣਦਾ। ਓਕੇ, ਨੈਕਸਟ 19, ਇਨ ਅ 2 ਡਿਜਿਟ ਨੰਬਰ ਦ ਯੂਨਿਟ ਡਿਜਿਟ ਐਕਸ ਐਂਡ 10 ਡਿਜਿਟ ਵਾਈ ਦ ਨੰਬਰ ਇਨ, ਦੇਖੋ 10 ਡਿਜਿਟ ਕੀ ਹੈ ਵਾਈ, ਸੋ 10 ਨਾਲ ਮਲਟੀਪਲਾਈ ਕਰਾਂਗੇ ਪਲੱਸ ਯੂਨਿਟ ਡਿਜਿਟ ਨੂੰ ਕਦ ਨਾਲ ਮਲਟੀਪਲਾਈ ਕਰਦੇ ਹਾਂ 1 ਨਾਲ, ਸੋ ਕਿੰਨਾ ਬਣ ਗਿਆ ਆਪਣੇ ਕੋਲ 10y ਪਲੱਸ ਐਕਸ, ਤੁਸੀਂ ਯਾਦ ਰੱਖੋ ਜਿਹੜਾ 10 ਡਿਜਿਟ ਹੈ ਉਹਨੂੰ 10 ਨਾਲ ਮਲਟੀਪਲਾਈ ਕਰੋ, ਯੂਨਿਟ ਨੂੰ 1 ਨਾਲ ਮਲਟੀਪਲਾਈ ਕਰੋ, ਸੋ ਆਪਣੇ ਕੋਲ ਰਾਈਟ ਆਂਸਰ ਕੀ ਆ ਗਿਆ 10y ਪਲੱਸ ਐਕਸ। ਉਸ ਤੋਂ ਬਾਅਦ ਇਸ ਇਕੁਏਸ਼ਨ ਦੇ ਤੁਸੀਂ ਰੂਟ ਫਾਈਂਡ ਕਰਨੇ ਆ, ਰੂਟ ਕਿਵੇਂ ਫਾਈਂਡ ਹੋਣਗੇ, 2y ਇਕੁਅਲ ਟੂ 15 ਪਲੱਸ 3y ਆ ਗਿਆ, ਸੋ ਇੱਥੋਂ ਤੁਸੀਂ ਇਹਦੀ ਵੈਲਿਊ ਕੈਲਕੂਲੇਟ ਕਰ ਸਕਦੇ, ਸੋਰੀ 5y ਆ ਗਿਆ,
ਸੋ y ਦੀ ਵੈਲਿਊ ਕਿੰਨੀ ਆ ਜਾਏਗੀ ਤੁਹਾਡੇ ਕੋਲ -5 ਆ ਜਾਏਗੀ ਓਕੇ ਉਸ ਤੋਂ ਅਗਲੇ ਕੁਐਸਚਨ ਦੇ ਵਿੱਚ 21 ਦੇ ਵਿੱਚ ਕੀ ਕਰੋਗੇ x ਦੀ ਵੈਲਿਊ 1 ਪੁੱਟ ਕਰੋਗੇ 1 ਦਾ ਸਕੁਅਰ ਕਰ ਦੋ y ਦੀ ਵੈਲਿਊ 2 ਪੁੱਟ ਕਰੋਗੇ 2 ਦਾ ਸਕੁਅਰ ਕਰ ਦੋ ਸੋਲਵ ਕਰੋਗੇ ਤਾਂ ਕਿੰਨਾ ਆ ਗਿਆ 5 ਆ ਗਿਆ ਓਕੇ ਉਸ ਤੋਂ ਅੱਗੇ ਸਮ ਕਰਨਾ ਹੈ ਸਾਰੀ ਟਰਮ ਆਪਸ ਦੇ ਵਿੱਚ ਕੀ ਆ ਲਾਈਕ ਹੈ ਓਕੇ ਸੋ ਕਿੰਨਾ ਬਣ ਗਿਆ 5 ਤੇ 8 13 13 ਤੇ 11 ਕਿੰਨਾ ਹੋ ਗਿਆ 24 24 ਦੇ ਵਿੱਚੋਂ 16 ਮਾਈਨਸ ਕਰ ਦੋ ਸੋ ਆਨਸਰ ਕਿੰਨਾ ਆ ਗਿਆ 8x ਸਕੁਅਰ ਏਰੀਆ ਆਫ ਰੈਕਟੈਂਗਲ ਪੁੱਛਿਆ ਉਹਨੇ ਏਰੀਆ ਆਫ ਰੈਕਟੈਂਗਲ ਕੀ ਹੁੰਦਾ ਲੈਂਥ ਮਲਟੀਪਲਾਈ ਬ੍ਰੈਡਥ ਇਹਨਾਂ ਦੋਵਾਂ ਨੂੰ ਮਲਟੀਪਲਾਈ ਕਰ ਲਓ ਤੁਸੀਂ ਕੀ ਕਰੋਗੇ 9y ਨੂੰ ਤੇ 4y ਸਕੁਅਰ ਨੂੰ ਮਲਟੀਪਲਾਈ ਕਰੋਗੇ ਸੋ ਕਿੰਨਾ ਆਨਸਰ ਆ ਗਿਆ 36y ਕਿਊਬ ਕਿਉਂਕਿ ਏਰੀਆ ਆਫ ਰੈਕਟੈਂਗਲ ਕੀ ਹੁੰਦਾ ਲੈਂਥ ਇਨਟੂ ਬ੍ਰੈਡਥ a ਪਲੱਸ b ਹੋਲ ਸਕੁਅਰ ਇਜ਼ ਇਕੁਅਲ ਟੂ ਕਦੇ ਹੁੰਦਾ a ਸਕੁਅਰ ਪਲੱਸ b ਸਕੁਅਰ ਪਲੱਸ 2ab ਓਕੇ a ਪਲੱਸ b ਹੋਲ ਸਕੁਅਰ ਕਦੇ ਇਕੁਅਲ ਹੁੰਦਾ a ਸਕੁਅਰ ਪਲੱਸ b ਸਕੁਅਰ ਪਲੱਸ 2ab ਨੈਕਸਟ 25 ਅਪਾਲਾ ਹੈਜ਼ 200 ਰੁਪੀਸ ਵਿਦ ਹਰ ਸ਼ੀ ਸਪੈਂਟ 80% ਅਮਾਊਂਟ ਸ਼ੀ ਹੈਡ ਹਾਊ ਮੱਚ ਮਨੀ ਇਜ਼ ਲੈਫਟ ਵਿਦ ਹਰ 200 ਰੁਪਏ ਆ 200 ਦਾ 80% ਖਾ ਗਈ ਸੋ ਬਾਕੀ ਕਿੰਨਾ ਬਚਿਆ ਸੋ ਇਹਨੂੰ ਕੈਲਕੂਲੇਟ ਕਰ ਲਓ 160 ਆ ਗਿਆ ਤਾਂ 200 ਵਿੱਚੋਂ 160 ਮਾਈਨਸ ਕਰ ਦਿਓ ਰੁਪਏ ਕਿੰਨੇ ਬਚੇ ਉਹਦੇ ਕੋਲ 40 ਓਕੇ ਇੱਥੋਂ ਕਿੰਨਾ ਆਇਆ ਸੀ ਆਪਣੇ ਕੋਲ 160 ਟੋਟਲ 200 ਹੈ 160 ਖਰਚ ਹੋ ਗਏ ਬਾਕੀ ਕਿੰਨੇ ਬਚੇ 40 ਬਚੇ ਨੈਕਸਟ ਅ ਬੈਗ ਇਜ਼ ਅਵੇਲੇਬਲ 490 ਅ ਸ਼ਾਪਕੀਪਰ ਅਲਾਊਸ 10 ਰੁਪੀਸ ਡਿਸਕਾਊਂਟ 10% ਡਿਸਕਾਊਂਟ ਔਨ ਮਾਰਕੀਟ ਪ੍ਰਾਈਸ ਵਟ ਇਜ਼ ਦਾ ਪ੍ਰਾਈਸ ਆਫ ਬੈਗ ਦੇਖੋ ਆਪਾਂ ਨੂੰ ਐਸ ਪੀ ਗਿਵਨ ਹੈ ਐਸ ਪੀ ਕਿੰਨਾ 90 ਸੋ ਫਾਰਮੂਲਾ ਕੀ ਹੁੰਦਾ ਐਸ ਪੀ ਇੰਟੂ 100 ਇਜ਼ ਇਕੁਅਲ ਟੂ ਐਮ ਪੀ ਇੰਟੂ 100 ਮਾਈਨਸ ਡਿਸਕਾਊਂਟ ਪਰਸੈਂਟ ਓਕੇ ਇਹ ਵੈਲਿਊ ਗਿਵਨ ਹੈ ਇਹ ਵੈਲਿਊ ਗਿਵਨ ਹੈ ਸੋ ਐਮ ਪੀ ਦੀ ਵੈਲਿਊ ਜਦੋਂ ਤੁਸੀਂ ਕੈਲਕੂਲੇਟ ਕਰੋਗੇ ਤਾਂ ਕਿੰਨੀ ਆ ਜਾਏਗੀ 100 ਆ ਜਾਏਗੀ ਸੋ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ ਏ ਓਕੇ ਏ ਦੀ ਵੈਲਿਊ ਆ ਗਈ ਆਪਣੇ ਕੋਲ 100 ਰੁਪੀਸ ਵਿਮਲਾ ਪਰਚੇਸਡ ਅ ਵਾਚ ਫੋਰ 500 ਸ਼ੀ ਸੋਲਡ ਇਟ ਐਟ ਲਾਸ ਆਫ 20% ਫਾਈਂਡ ਦਾ ਸੈਲਿੰਗ ਪ੍ਰਾਈਸ ਅਗੇਨ ਤੁਸੀਂ ਫਾਰਮੂਲਾ ਕਿਹੜਾ ਯੂਜ਼ ਕਰੋਗੇ ਐਸ ਪੀ ਇੰਟੂ 100 ਇਜ਼ ਇਕੁਅਲ ਟੂ ਸੀ ਪੀ ਇੰਟੂ 100 ਮਾਈਨਸ ਲਾਸ ਪਰਸੈਂਟ ਓਕੇ ਇਹ ਚੀਜ਼ ਆਪਣੇ ਕੋਲ ਐਸ ਪੀ ਗਿਵ ਸੀ ਪੀ ਗਿਵਨ ਹੈ ਲੋਸ ਪਰਸੈਂਟ ਗਿਵਨ ਹੈ ਐਸ ਪੀ ਫਾਈਂਡ ਕਰ ਲਓ ਕਿੰਨਾ ਆ ਜਾਏਗਾ ਤੁਹਾਡੇ ਕੋਲ 400 ਰੁਪਏ ਆ ਜਾਏਗਾ ਓਕੇ ਫਾਰਮੂਲੇ ਮੈਂ ਦੱਸ ਰਿਹਾ ਕੈਲਕੂਲੇਸ਼ਨ ਤੁਸੀਂ ਖੁਦ ਕਰ ਲਿਓ ਅਗਲਾ ਕੁਐਸਚਨ ਕੀ ਹੈ ਸੇਮ ਇਸੇ ਤਰੀਕੇ ਦਾ ਹੀ 28ਵਾਂ ਇਹਦੇ ਵਿੱਚ ਕੀ ਹੈ ਤੁਹਾਨੂੰ ਸੀ ਪੀ ਗਿਵਨ ਹੈ ਐਸ ਪੀ ਗਿਵਨ ਹੈ ਲੋਸ ਪਰਸੈਂਟ ਫਾਈਂਡ ਕਰਨਾ ਹੈ ਪਹਿਲਾਂ ਲੋਸ ਫਾਈਂਡ ਕਰੋਗੇ ਸੀ ਪੀ ਵਿੱਚੋਂ ਐਸ ਪੀ ਨੂੰ ਮਾਈਨਸ ਕਰਕੇ ਉਸ ਤੋਂ ਬਾਅਦ ਲੋਸ ਪਰਸੈਂਟ ਫਾਈਂਡ ਕਰੋਗੇ ਕਿਵੇਂ ਆਏਗਾ ਲੋਸ ਬਾਏ ਸੀ ਪੀ ਇੰਟੂ ਕੀ ਆ ਜਾਏਗਾ 100 ਆ ਜਾਏਗਾ ਖੁਦ ਕੈਲਕੂਲੇਸ਼ਨ ਕਰਕੇ ਤੁਸੀਂ ਇਹਦਾ ਆਨਸਰ ਦੇਖ ਸਕਦੇ ਹੋ ਓਕੇ ਉਸ ਤੋਂ ਬਾਅਦ ਕੰਪਾਊਂਡ ਇੰਟਰਸਟ ਵਾਲਾ ਕੁਐਸਚਨ ਆ ਗਿਆ ਕੰਪਾਊਂਡ ਇੰਟਰਸਟ ਦਾ ਫਾਰਮੂਲਾ ਕੀ ਹੁੰਦਾ ਅਮਾਊਂਟ ਇਕੁਅਲ ਟੂ ਪ੍ਰਿੰਸੀਪਲ ਇੰਟੂ 1 ਪਲੱਸ ਆਰ ਬਾਏ 100 ਪਾਵਰ ਕੀ ਆ ਗਈ ਐਨ ਆ ਗਈ ਜਾਂ ਟੀ ਆ ਗਈ ਇੱਥੇ ਭਰ ਕੇ ਤੁਸੀਂ ਇਹਦਾ ਆਨਸਰ ਕੈਲਕੂਲੇਟ ਕਰ ਸਕਦੇ ਹੋ ਕਿੰਨਾ ਆਨਸਰ ਆਏਗਾ ਤਾਂ 210 ਰੁਪਏ ਓਕੇ ਉਸ ਤੋਂ ਬਾਅਦ ਕੰਪਾਊਂਡ ਇੰਟਰਸਟ ਵਾਲਾ ਸੇਮ ਕੁਐਸਚਨ ਹੈ ਤੁਸੀਂ ਖੁਦ ਕਰ ਸਕਦੇ ਹੋ ਅਗਲਾ ਕੁਐਸਚਨ ਵੀ ਕੰਪਾਊਂਡ ਇੰਟਰਸਟ ਵਾਲਾ ਖੁਦ ਹੋ ਸਕਦਾ ਉਸ ਤੋਂ ਬਾਅਦ ਨੰਬਰ ਆਫ ਕਨਵਰਜਨ ਇਫ ਦਾ ਨੰਬਰ ਆਫ ਕਨਵਰਜਨ ਪੀਰੀਅਡ ਗ੍ਰੇਟਰ ਦੈਨ 2 ਦਾ ਕੰਪਾਊਂਡ ਇੰਟਰਸਟ ਕੰਪਾਊਂਡ ਇੰਟਰਸਟ ਹਮੇਸ਼ਾ ਕੀ ਹੁੰਦਾ ਸਿੰਪਲ ਇੰਟਰਸਟ ਤੋਂ ਵੱਡਾ ਹੁੰਦਾ ਜਦੋਂ ਆਪਣੇ ਕੋਲ ਟਾਈਮ ਕੀ 1 ਸਾਲ ਤੋਂ ਜ਼ਿਆਦਾ ਓਕੇ ਸੋ ਆਪਾਂ ਕੀ ਲਿਖਾਂਗੇ ਗ੍ਰੇਟਰ ਦੈਨ ਸਿੰਪਲ ਇੰਟਰਸਟ ਓਕੇ ਇਹ ਕੁਐਸਚਨ ਇੰਪੋਰਟੈਂਟ ਹੈ ਇਹਨੂੰ ਧਿਆਨ ਨਾਲ ਜ਼ਰੂਰ ਪੜਿਓ ਨੈਕਸਟ 33 ਵਟ ਇਜ਼ ਨੰਬਰ ਆਫ ਵਰਡਸ ਇਜ਼ ਇਨ ਦਾ ਕੁਆਡਰੀਲੇਟਰਲ ਕੁਆਡਰੀਲੇਟਰਲ 'ਚ ਕਿੰਨੇ ਵਰਟੈਕਸ ਹੁੰਦੇ ਆ 4 ਹੁੰਦੇ ਆ ਐਂਗਲ ਸਮ ਆਫ ਕਨਵੈਕਸ ਪੋਲੀਗਨ ਵਿਦ ਨੰਬਰ ਆਫ ਸਾਈਡ 7 ਸਾਈਡ 7 ਹੈ ਸੋ ਐਂਗਲ ਦਾ ਫਾਰਮੂਲਾ ਕੀ ਹੁੰਦਾ 180 ਇੰਟੂ ਐਨ ਮਾਈਨਸ 2 ਸਮ ਆਫ ਇੰਟੀਰੀਅਰ ਐਂਗਲ ਹੁੰਦਾ ਐਨ ਦੀ ਵੈਲਿਊ 7 ਭਰੋਗੇ ਤਾਂ ਆਨਸਰ ਕਿੰਨਾ ਆ ਜਾਏਗਾ 900 ਡਿਗਰੀ ਆ ਜਾਏਗਾ ਹਾਓ ਮੈਨੀ ਡਾਇਗਨਲ ਡਜ਼ ਦਾ ਰੈਕਟੈਂਗੂਲਰ ਹੈਕਸਾਗਨ ਹੈਵ ਡਾਇਗਨਲ ਦਾ ਫਾਰਮੂਲਾ ਕੀ ਹੁੰਦਾ ਐਨ ਇੰਟੂ ਐਨ ਮਾਈਨਸ 3 ਬਾਏ 2 ਸੋ ਆਨਸਰ ਕਿੰਨਾ ਆ ਜਾਏਗਾ 9 ਆ ਜਾਏਗਾ ਐਨ ਦੀ ਵੈਲਿਊ ਕਿੰਨੀ ਪੁੱਟ ਕਰੋਗੇ 6 ਕਿਉਂਕਿ ਹੈਕਸਾਗਨ ਦੀਆਂ ਕਿੰਨੀਆਂ ਸਾਈਡ ਹੁੰਦੀਆਂ 6 ਹੁੰਦੀਆਂ ਉਸ ਤੋਂ ਅਗਲਾ ਕੁਐਸਚਨ ਕੀ ਕਹਿ ਰਿਹਾ ਕੁਆਡਰੀਲੇਟਰਲ ਦੇ 2 ਐਂਗਲ ਗਿਵਨ ਹੈ 110 ਤੇ 100 ਬਾਕੀ 2 ਐਂਗਲ ਇਕੁਅਲ ਹੈ ਦੋਵਾਂ ਦੀ ਵੈਲਿਊ ਫਾਈਂਡ ਕਰਨੀ ਹੈ ਸੋ ਕਿਵੇਂ ਕਰੋਗੇ ਤੁਸੀਂ ਐਕਸ ਪਲੱਸ ਐਕਸ ਦੋਵੇਂ ਇਕੁਅਲ ਹੈ ਨਾ ਪਲੱਸ 110 ਪਲੱਸ 100 ਬਰਾਬਰ ਕਿੰਨਾ ਆ ਗਿਆ 360 ਆ ਗਿਆ ਤੇ ਇਥੋਂ ਕੈਲਕੂਲੇਟ ਕਰਕੇ ਕਿੰਨਾ ਆ ਜਾਏਗਾ 75 ਆ ਜਾਏਗਾ ਨੈਕਸਟ ਡੇਟਾ ਹੈਂਡਲਿੰਗ ਦੇ ਉੱਪਰ ਹੈ ਤੁਸੀਂ ਗ੍ਰਾਫ ਨੂੰ ਆਬਜ਼ਰਵ ਕਰਨਾ ਤੇ ਇਹਨਾਂ ਦੇ ਕੁਐਸਚਨਾਂ ਦੇ ਕੀ ਆਨਸਰ ਦੇਣੇ ਆ ਵਿਚ ਆਈਟਮ ਹੈਜ਼ ਮੈਕਸੀਮਮ ਐਕਸਪੈਂਡੀਚਰ ਡਨ ਤਾਂ ਸਭ ਤੋਂ ਜ਼ਿਆਦਾ ਡਨ ਕਿਹਦੇ ਉੱਪਰ ਐਕਸਪੈਂਡੀਚਰ ਆਪਣਾ ਇਹ ਵਾਲਾ
सेकेंड नंबर वाला कन्वेनियंस, ठीक है, ये कि मैक्सिमम खर्च कर रहे हैं। उस तो बाद व्हाट इज एक्सपेंडिचर डन ऑन फूड, फूड से कितना खर्चा होया, फूड वाला देखो कितना अपने को, फूड वाला जा रहा है 5 देख तक, ठीक है, 5 इंटू एक दी वैल्यू कितनी है 1000, सो कितनी आ गई वैल्यू अपने को 5000 आ गई। ओके सो राइट आंसर कितना आ गया 5000 आ गया। उस तो बाद अपने को जो क्वेश्चन है पाई चार्ट के उपर है, सेंट्रल एंगल पता करना है, ए दा सेंट्रल एंगल कितना अपने को 30% है ना, सो टोटल देखो कितना 316 है, ठीक है, सो इन दी तुसी वैल्यू की है कैलकुलेट कर सकते हो। किमें करोगे 30/100 इंटू की करोगे 360, सो आंसर कितना आ गया 108 डिग्री आ गया। ओके उस तो बाद ज्यादा एंगल केड़े दा अपने को पता लग रहा है, बी दा एंगल की अपने को ज्यादा आ गया। ओके सो ए सी अपने को सैंपल पेपर, जेकर तुसी PDF चाहते हो तो डिस्क्रिप्शन बॉक्स के साड़ी ऐप का लिंक है, उतो तुसी PDF डाउनलोड कर सकते हो। थैंक यू वेरी मच।